ਵੜੀ ਖਬਰ ਗੁਆਂਡੀ ਮੁਲਕ ਪਾਕਿਸਤਾਨ ਤੋਂ ਹੈ ਜਿੱਥੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾਂਦੇ ਜਾ ਰਹੇ ਨੇ ਦੱਸ ਦਈਏ ਕਿ ਪਾਕਿਸਤਾਨੀ ਓਕੂਪਾਈਡ ਕਸ਼ਮੀਰ ਯਾਨੀ ਜਿਸ ਕਸ਼ਮੀਰ ਤੇ ਪਾਕਿਸਤਾਨ ਦਾ ਕਬਜ਼ਾ ਹੈ ਉਸ ਦੇ ਲੋਕਾਂ ਵੱਲੋਂ ਖੁਦਮੁਖਤਿਆਰੀ ਦੀ ਮੰਗ ਕੀਤੀ ਜਾ ਰਹੀ ਹੈ ਲੋਕ ਭੜਕੇ ਹੋਏ ਨੇ ਤੇ ਸੜਕਾਂ ਤੇ ਨਿਕਲੇ ਹੋਏ ਨੇ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਵੱਲੋਂ ਮੁਜ਼ੱਫਰਾਬਾਦ ਵਿੱਚ ਰੈਲੀ ਸੱਦੀ ਗਈ ਹੈ ਜਿਸ ਨੂੰ ਰੋਕਣ ਲਈ ਪਾਕਿਸਤਾਨੀ ਆਰਮੀ ਅਤੇ ਰੇਂਜਰਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦਾ ਲੋਕਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਲੋਕ ਐਨੇ ਭੜਕੇ ਹੋਏ ਨੇ ਕਿ ਪੁਲਿਸ ਮੁਲਾਜ਼ਮਾਂ ਨਾਲ ਹੀ ਉਹ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਪਾਸੇ ਪਾਕ ਓਕੂਪਾਈਡ ਕਸ਼ਮੀਰ ਵਿੱਚ ਤਿਰੰਗਾ ਝੰਡਾ ਫਹਿਰਾਇਆ ਗਿਆ ਤਾਂ ਦੂਜੇ ਪਾਸੇ ਮੰਗ ਕੀਤੀ ਗਈ ਕਿ ਜਾਂ ਤਾਂ ਉਹਨਾਂ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ ਜਾਂ ਫਿਰ ਉਹ ਹਿੰਦੁਸਤਾਨ ਦੇ ਨਾਲ ਜਾਣਾ ਚਾਹੁੰਦੇ ਨੇ ਤਾਂ ਪਾਕਿਸਤਾਨ ਵਿੱਚ ਬਗਾਵਤ ਦੀ ਅੱਗ ਲਗਾਤਾਰ ਤੇਜ਼ ਹੋ ਰਹੀ ਹੈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਤਿੱਖਾ ਪ੍ਰਦਰਸ਼ਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਾਰੀ ਹੈ। 라ਵਲ ਕੋਟ ਵਿੱਚ ਭਾਰਤੀ ਤਿਰੰਗਾ ਝੰਡਾ ਲਹਿਰਾਇਆ ਗਿਆ ਪ੍ਰਦਰਸ਼ਨਕਾਰੀਆਂ ਵੱਲੋਂ। ਇਹਨਾਂ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇੱਕ ਪਾਸੇ ਉਹ ਨਾਅਰੇਬਾਜ਼ੀ ਕਰ ਰਹੇ ਹਨ, ਪ੍ਰਦਰਸ਼ਨ ਕਰ ਰਹੇ ਨੇ ਤਾਂ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਨੂੰ ਓਕੇਰ-ਕੇਰ ਕੇ ਕੁੱਟ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। 80 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਤਾਂ ਪਾਕਿਸਤਾਨੀ ਫੌਜ ਤੇ ਸਰਕਾਰ ਖਿਲਾਫ ਪਾਕ অকੁਪਾਈਡ ਕਸ਼ਮੀਰ ਵਿੱਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਦਰਸਲ ਵਕਤ-ਵਕਤ ਪਾਰਟੀਆਂ ਵੱਲੋਂ ਮੁਜਫਰਾਬਾਦ ਚੱਲੋ ਰੈਲੀ ਸੱਦੀ ਗਈ ਸੀ ਜਿਸ ਨੂੰ ਰੋਕਣ ਲਈ ਰੇਂਜਰਸ ਅਤੇ ਪਾਕਿਸਤਾਨੀ ਆਰਮੀ ਲਗਾਤਾਰ ਮਸ਼ੱਕਤ ਕਰ ਰਹੀ ਹੈ ਤੇ ਲੋਕਾਂ ਤੇ ਜ਼ੁਲਮ ਟਾ ਰਹੀ ਹੈ ਇੱਕ ਪਾਸੇ ਲੋਕੀ ਇਣਾ ਪੁਲਿਸ ਮੁਲਾਜ਼ਮਾਂ ਨੂੰ ਘੇਰ-ਘੇਰ ਕੇ ਕੁੱਟ ਰਹੇ ਨੇ ਤਾਂ ਦੂਜੇ ਪਾਸੇ ਭਾਰਤੀ ਤਿਰੰਗਾ ਝੰਡਾ ਉਹਨਾਂ ਵੱਲੋਂ ਲਹਿਰਾਇਆ ਜਾ ਰਿਹਾ ਹੈ ਇੱਕ ਪਾਸੇ ਬਿਜਲੀ ਕਟ ਮਹਿੰਗਾਈ ਤੇ ਸਰਕਾਰ ਦੀਆਂ ਨੀਤੀਆਂ ਖਿਲਾਫ ਲੋਕੀ ਪੜਕੇ ਹੋਏ ਨੇ ਤਾਂ ਦੂਜੇ ਪਾਸੇ ਪਾਕ ოਕੂਪਾਈਡ ਕਸ਼ਮੀਰ ਦੇ ਲੋਕਾਂ ਦਾ ਦਾਅਵਾ ਹੈ ਕਿ ਉਹਨਾਂ ਨੂੰ ਕਈ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਉਧਰ ਅੱਜ ਇੱਕ ਹੋਰ ਵੱਡਾ ਬਿਆਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉੱਤਰ ਪ੍ਰਦੇਸ਼ ਵਿੱਚ ਕੋਸ਼ਾਂਬੀ ਰੈਲੀ ਦੌਰਾਨ ਦਿੱਤਾ ਗਿਆ ਅਮਿਤ ਸ਼ਾਹ ਨੇ ਇਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪਾਕ ਓਕੂਪਾਈਡ ਕਸ਼ਮੀਰ ਭਾਰਤ ਦਾ ਹਿੱਸਾ ਹੈ ਤੇ ਭਾਰਤ ਇਸ ਨੂੰ ਵਾਪਸ ਲੈ ਕੇ ਰਹੇਗਾ ਕੁਝ ਇਸੇ ਤਰ੍ਹਾਂ ਦੀ ਆਵਾਜ਼ ਪਾਕ ਓਕੂਪਾਈਡ ਕਸ਼ਮੀਰ ਦੇ ਲੋਕਾਂ ਵੱਲੋਂ ਚੁਕੀ ਜਾ ਰਹੀ ਹੈ ਉਹ ਭਾਰਤ ਵਿੱਚ ਕਸ਼ਮੀਰ ਵਿੱਚ ਹੋਏ ਬਦਲਾਅ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੇ ਨੇ ਉਹ ਵੀ ਚਾਹੁੰਦੇ ਨੇ ਕਿ ਜਿਹੜਾ ਪਾਕ ਓਕੂਪਾਈਡ ਕਸ਼ਮੀਰ ਹੈ ਉਸ ਦਾ ਰਲੇਵਾ ਭਾਰਤੀ ਕਸ਼ਮੀਰ ਦੇ ਵਿੱਚ ਹੋ ਜਾਵੇ ਤਾਂ ਲਗਾਤਾਰ ਲੋਕ ਪਾਕ ਓਕੂਪਾਈਡ ਕਸ਼ਮੀਰ ਦੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਦੂਜੇ ਪਾਸੇ ਪਾਕਿਸਤਾਨ ਦੀ ਆਰਮੀ ਅਤੇ ਰੇਂਜਰਸ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਲੋਕਾਂ ਨੂੰ ਕੁੱਟਮਾਰ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ ਕਰ ਰਹੇ ਨੇ ਤਾਂ ਦੂਜੇ ਪਾਸੇ ਲੋਕਾਂ ਵੱਲੋਂ ਉਹਨਾਂ ਨੂੰ ਘੇਰ ਘੇਰ ਕੇ ਕੁੱਟਿਆ ਜਾ ਰਿਹਾ ਹੁਣ ਤੱਕ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਜਾ ਚੁੱਕੀ ਹੈ 80 ਤੋਂ ਵੱਧ ਜ਼ਖਮੀ ਨੇ ਇਹਨਾਂ ਵਿੱਚੋਂ 15 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਤਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਰਕਾਰ ਵਿਰੁੱਧ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ ਲੋਕ ਬਿਜਲੀ ਕੱਟ ਮਹਿੰਗਾਈ ਸਮੇਤ ਸਰਕਾਰ ਦੀਆਂ ਨੀਤੀਆਂ ਖਿਲਾਫ ਭੜਕੇ ਹੋਏ ਨੇ ਲੋਕਾਂ ਦਾ ਵਿਰੋਧ ਹਿੰਸਕ ਅਤੇ ਹਮਲਾਵਰ ਹੋ ਚੁੱਕਾ ਹੈ ਇਹ ਸਥਿਤੀ ਪਿਛਲੇ 3 ਤੋਂ 4 ਦਿਨਾਂ ਤੋਂ ਲਗਾਤਾਰ ਜਾਰੀ ਹੈ ਲੋਕੀ ਸੜਕਾਂ ਤੇ ਨਿਕਲੇ ਹੋਏ ਨੇ ਲੋਕਾਂ ਵਿੱਚ ਸਭ ਤੋਂ ਵੱਧ ਗੁੱਸਾ ਪਾਕਿਸਤਾਨੀ ਫੌਜ ਅਤੇ ਸਰਕਾਰ ਖਿਲਾਫ ਹੈ ਉਹ ਉਹਨਾਂ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਸਮਾਂ ਸੀ ਜਦੋਂ ਪਾਕ ਓਕੂਪਾਈਡ ਕਸ਼ਮੀਰ ਵਿੱਚ ਭਾਰਤੀ ਤਿਰੰਗਾ ਸਾੜਿਆ ਜਾਂਦਾ ਸੀ ਇਸ ਤਰ੍ਹਾਂ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਸੀ ਪਰ ਅੱਜ ਸਥਿਤੀ ਬਿਲਕੁਲ ਬਦਲ ਚੁੱਕੀ ਹੈ ਅੱਜ ਪ੍ਰਦਰਸ਼ਨਕਾਰੀ ਭਾਰਤੀ ਤਿਰੰਗਾ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤੇ ਪਾਕਿਸਤਾਨ ਤੋਂ ਵਕਫ ਹੁੰਦੀ ਮੰਗ ਕਰ ਰਹੇ ਨੇ ਉਧਰ ਪਾਕਿਸਤਾਨੀ ਫੌਜ ਅਤੇ ਪੁਲਿਸ ਦੇ ਵਿਰੋਧ ਦੇ ਵਿਚਕਾਰ 라ਵਲ ਕੋਟ ਵਿੱਚ ਭਾਰਤੀ ਝੰਡਾ ਲਹਿਰਾਇਆ ਗਿਆ ਮੁਜ਼ਫਰਾਬਾਦ ਚਲੋ ਰੈਲੀ ਰੋਕਣ ਤੋਂ ਬਾਅਦ ਲੋਕ ਬੇहद ਗੁੱਸੇ ਵਿੱਚ ਆਏ ਹੋਏ ਨੇ ਪਾਕਿਸਤਾਨ ਵਿੱਚ ਵਿਰੋਧੀ ਪ੍ਰਦਰਸ਼ਨਾਂ ਨੂੰ ਰੋਕਣ ਲਈ ਪਾਕ ოਕੂਪਾਈਡ ਕਸ਼ਮੀਰ ਵਿੱਚ ਤਾਰਾ 144 ਲਾਗੂ ਕਰ ਦਿੱਤੀ ਗਈ ਹੈ ਪਰ ਲੋਕ ਇਸ ਦੀ ਪਰਵਾਹ ਨਹੀਂ ਕਰ ਰਹੇ ਲਗਾਤਾਰ ਸੜਕਾਂ ਤੇ ਨਿਕਲੇ ਹੋਏ ਨੇ ਸਾੜਫੂ ਕਰ ਰਹੇ ਨੇ ਭੰਨ ਤੋੜ ਕਰ ਰਹੇ ਨੇ ਰੇਂਜਰਸ ਅਤੇ ਆਰਮੀ ਦੀਆਂ ਗੱਡੀਆਂ ਤੇ ਪੱਥਰਬਾਜ਼ੀ ਕਰ ਰਹੇ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਗੱਡੀਆਂ ਜਾਂਦੀਆਂ ਹੋਈਆਂ ਦਿਖਾ ਦੇ ਰਹੀਆਂ ਨੇ ਪਾਕਿਸਤਾਨੀ ਆਰਮੀ ਅਤੇ ਰੇਂਜਰਸ ਦੀਆਂ ਨੇ ਜਿਹੜਾ ਲੋਕਾਂ ਵੱਲੋਂ ਤਿੱਖੀ ਪ੍ਰਦਰਸ਼ਨ ਅਤੇ ਭੰਨ ਤੋੜ ਤੋਂ ਬਾਅਦ ਇਹ ਉੱਥੋਂ ਭੱਜਦੇ ਹੋਏ ਨਜ਼ਰ ਆਏ ਨੇ ਤਾਂ ਇੱਕ ਤਸਵੀਰ ਵੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪੁਲਿਸ ਮੁਲਾਜ਼ਮ ਨੂੰ ਓਕੇਰ ਕੇ ਕੁੱਟਰੇ ਨੇ ਤੇ ਉੱਚੇ ਟਿੱਬੇ ਤੋਂ ਉਸ ਨੂੰ ਹੇਠਾਂ ਸੁੱਟਰੇ ਨੇ ਐਨਾ ਹੀ ਨਹੀਂ ਜਦੋਂ ਹੇਠਾਂ ਡਿੱਗਦਾ ਉਸ ਤੋਂ ਬਾਅਦ ਵੀ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਸ ਪੂਰੇ ਪ੍ਰਦਰਸ਼ਨ ਦੌਰਾਨ 80 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ 15 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਦਰਸਲ ਇਹ ਲੋਕ ਹੁਣ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਨੇ ਇਹਨਾਂ ਵੱਲੋਂ ਪ੍ਰਦਰਸ਼ਨ ਕਰਨ ਦੌਰਾਨ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਸ਼ਮੀਰੀਆਂ ਦੀ ਇੱਕ ਹੀ ਆਵਾਜ਼ ਖੁਦਮੁਖਤਿਆਰੀ ਜਾਂ ਹਿੰਦੁਸਤਾਨ ਤਾਂ ਇਹ ਪਾਕ ਓਕੂਪਾਈਡ ਕਸ਼ਮੀਰ ਦੀ ਮੌਜੂਦਾ ਸਥਿਤੀ ਹੈ ਜਿੱਥੇ ਭਾਰਤ ਦੇ ਹੱਕ ਵਿੱਚ ਉਹ ਪ੍ਰਦਰਸ਼ਨ ਕਰ ਰਹੇ ਨੇ ਤਾਂ ਦੂਜੇ ਪਾਸੇ ਪਾਕਿਸਤਾਨ ਦੀ ਸਰਕਾਰ ਦੇ ਖਿਲਾਫ ਉਹ ਲਗਾਤਾਰ ਨਾਰੇਬਾਜ਼ੀ ਕਰਦੇ ਹੋਏ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਨੇ